ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਵੇਰੇ ਸਾਈਕਲ ਚਲਾਉਣ ਦੇ ਕਈ ਲਾਭ ਹੁੰਦੇ ਹਨ। ਸਵੇਰ ਦੀ ਸਾਈਕਲਿੰਗ ਸਿਰਫ ਸਿਹਤ ਲਈ ਹੀ ਨਹੀਂ ਸਗੋਂ ਮਨੋਰੰਜਨ ਲਈ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਪਹਿਲਾਂ ਸਵੇਰ ਦੀ ਤਾਜ਼ਗੀ ਅਤੇ ਸਾਫ਼ ਹਵਾ ਨਾਲ ਸਾਈਕਲਿੰਗ ਕਰਨ ਨਾਲ ਸਾਡੇ ਸਰੀਰ ਨੂੰ ਆਕਸੀਜਨ ਦੀ ਪ੍ਰਚੁਰ ਮਾਤਰਾ ਮਿਲਦੀ ਹੈ ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਫੇਫੜੇ ਮਜ਼ਬੂਤ ਬਣਦੇ ਹਨ। ਦੂਜਾ, ਸਾਈਕਲਿੰਗ ਸਾਡੇ ਦਿਲ ਦੀ ਸਿਹਤ ਨੂੰ ਸੁਰੱਖਿਅਤ ਕਰਦੀ ਹੈ। ਇਹ ਹਾਰਟ ਅਟੈਕ ਅਤੇ ਹੋਰ ਕਈ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦੀ ਹੈ। ਸਵੇਰ ਦੀ ਸੈਰ ਕਰਨ ਨਾਲ ਜਾਂ ਸਾਈਕਲਿੰਗ ਕਰਨ ਨਾਲ, ਕਸਰਤ ਕਰਨ ਨਾਲ ਸਾਡੇ ਮਾਨਸਿਕ ਤਣਾਅ ਵੀ ਘਟਦਾ ਹੈ, ਕਿਉਂਕਿ ਸਾਡਾ ਧਿਆਨ ਤਣਾਅ ਤੋਂ ਦੂਰ ਹੋ ਜਾਂਦਾ ਹੈ। ਸਾਨੂੰ ਸਫਲਤਾ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ। ਸਾਈਕਲਿੰਗ ਜਾਂ ਸੈਰ ਕਰਨ ਨਾਲ ਸਾਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। ਤੀਜਾ, ਸਾਈਕਲਿੰਗ ਨਾਲ ਸਾਡੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਸਾਡਾ ਬੋਡੀ ਪੋਸਚਰ ਠੀਕ ਰਹਿੰਦਾ ਹੈ, ਸਾਡੇ ਜੋੜਾਂ ਨੂੰ ਲਚਕੀਲਾ ਬਣਾਉਂਦੀ ਹੈ। ਇਸ ਦੇ ਨਾਲ ਨਾਲ ਸਵੇਰ ਦੀ ਸਾਈਕਲਿੰਗ ਕਰਨ ਨਾਲ ਸਾਡਾ ਮੋਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ, ਜੋ ਵਜ਼ਨ ਘਟਾਉਣ ਵਿੱਚ ਬਹੁਤ ਮਦਦ ਕਰਦਾ ਹੈ। ਜੋ ਲੋਕ ਵਜ਼ਨ ਘਟਾਉਣਾ ਚਾਹੁੰਦੇ ਹਨ, ਉਹ ਵੀ ਸਾਈਕਲਿੰਗ ਜਾਂ ਸਵੇਰ ਦੀ ਸੈਰ, ਯੋਗਾ ਕਰ ਸਕਦੇ ਹਨ ਅਤੇ ਆਪਣਾ ਵਜ਼ਨ ਘਟਾ ਸਕਦੇ ਹਨ। ਆਪਣੀਆਂ ਸਿਹਤ ਬਾਰੇ ਧਿਆਨ ਦੇ ਕੇ ਆਪਣੇ ਸਿਹਤ ਵਿੱਚ ਬਹੁਤ ਬਹੁਤ ਵੱਡੇ ਵੱਡੇ ਸੁਧਾਰ ਕਰ ਸਕਦੇ ਹਨ, ਜੋ ਕਿ ਬੈੱਡ 'ਤੇ ਪੈਣ ਨਾਲ ਜਾਂ ਸੌਣ ਨਾਲ ਨਹੀਂ ਹੋਣ ਲੱਗੇ। 8 ਘੰਟੇ ਦੀ ਨੀਂਦ ਤੋਂ ਬਾਅਦ ਅਸੀਂ ਸੈਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਮੈਂ ਕਾਫੀ ਸਮੇਂ ਤੋਂ 20 ਕਿਲੋਮੀਟਰ ਸਾਈਕਲ ਚਲਾਉਣ ਬਾਰੇ ਸੋਚ ਰਿਹਾ ਸੀ ਕਿ ਸਾਡੇ ਪਿੰਡ ਤੋਂ ਰਜਿੰਦਰਾ ਹੌਸਪੀਟਲ ਤੋਂ ਫੁਹਾਰਾ ਚੌਂਕ ਤੋਂ ਸੂਲਰ ਹੁੰਦੇ ਹੋਏ ਫਿਰ ਪਿੰਡ ਵੱਲ ਆਵਾਂ, ਔਰ ਇਹ ਸੁਪਨਾ ਮੈਂ 1-2 ਮਹੀਨੇ ਤੋਂ ਸੋਚਦਾ ਆ ਰਿਹਾ ਸੀ। ਔਰ ਪਹਿਲਾਂ ਇਸ ਲਈ ਮੈਨੇ ਤਿਆਰੀ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਹਿਲਾਂ ਸੈਰ ਕਰੀ, ਫਿਰ ਹੌਲੀ ਹੌਲੀ ਸਾਈਕਲਿੰਗ ਕਰਦਾ ਦੀ ਤਿਆਰੀ ਕਰੀ, ਅੱਜ ਸਾਈਕਲ ਚਲਾ ਕੇ ਮੈਂ ਪਹੁੰਚ ਗਿਆ। ਇਹ ਯਾਤਰਾ ਸਿਰਫ ਸਰੀਰਕ ਮਿਹਨਤ ਨਹੀਂ ਸੀ, ਸਗੋਂ ਮਨ ਨੂੰ ਤਾਜ਼ਗੀ ਮਿਲੀ। ਰਾਹ ਵਿੱਚ ਮਿਲੀ ਤਾਜ਼ੀ ਹਵਾ, ਖੇਤਾਂ ਦੀ ਸੋਹਣੀ ਦ੍ਰਿਸ਼ਟੀ ਅਤੇ ਰਸਤੇ ਵਿੱਚ ਆਏ ਪਿੰਡ ਦੇ ਲੋਕਾਂ ਨੂੰ ਹੱਸਮੁੱਖ ਮੁਲਾਕਾਤ ਨੇ ਇਸ ਯਾਤਰਾ ਨੂੰ ਬਹੁਤ ਯਾਦਗਾਰ ਬਣਾਇਆ। ਇਸ ਤਰ੍ਹਾਂ ਸਵੇਰ ਦੀ ਸਾਈਕਲਿੰਗ ਸਾਡੇ ਸਰੀਰ ਵਿੱਚ ਮਨ ਨੂੰ ਤਾਜ਼ਗੀ ਦੇਣ ਦੇ ਨਾਲ ਨਾਲ ਸਾਡੇ ਸਮੂਹ ਸਿਹਤ ਨੂੰ ਸੁਧਾਰ ਲਿਆਉਂਦੀ ਹੈ। ਸਾਈਕਲਿੰਗ ਦੀ ਇਹ ਆਦਤ ਨਿਰੰਤਰ ਬਣਾਈ ਰੱਖਣੀ ਚਾਹੀਦੀ ਹੈ ਤਾਂ ਸਾਨੂੰ ਲੰਬੇ ਸਮੇਂ ਤੋਂ ਲਾਭ ਮਿਲ ਸਕਦਾ ਹੈ।